ਸਾਲ ਵੀ ਉਸ ਤੋਂ ਅੱਗੇ ਵੀ ਹੈ ਸਾਰੀ ਪ੍ਰਾਪਰਟੀ ਮੇਰੇ ਫਾਦਰ ਦੇ ਟਾਈਮ ਵੀ ਮੇਰੇ ਕੋਲ ਹੈ ਯਕਦਮ ਤਾਂ ਇਸ ਤਰ੍ਹਾਂ ਦੇ ਬਹੁਤ ਭੱਜਣ ਦੀ ਜ਼ੋਰ ਦੀ ਆਵਾਜ਼ ਹੀ ਠਾ ਠਾ ਅਤੇ ਦੇਖਿਆ ਬਹੁਤ ਸਾਰੇ ਕੰਧ ਧੱਕਾ ਮਾਰ ਕੇ ਕੰਧ ਢਾਣ ਅਤੇ ਗੋਲੀਆਂ ਚੱਲਣ ਦੀ ਆਵਾਜ਼ ਆ ਗਈ ਅਸੀਂ ਜਵਾਬੀ ਮੇਰੇ ਕੋਲ ਆਪਣਾ ਅਸਲਾ ਹੁੰਦਾ ਮੈਂ ਬੇਟੇ ਨੂੰ ਆਵਾਜ਼ ਲਗਾਈ ਉਹਨੇ ਮੇਰੇ ਹੱਥ 'ਚ ਮੇਰਾ ਅਸਲਾ ਫੜਿਆ ਮੈਂ ਭੱਜ ਕੇ ਅੰਦਰੋਂ ਫਿਰ ਉਹਦਾ ਅਸਲਾ ਲੈ ਕੇ ਅਸੀਂ ਉੱਥੇ ਜਵਾਬੀ ਫਾਇਰ ਕੱਢੇ ਮੇਰਾ ਬ੍ਰਦਰ ਅਤੇ ਮੇਰਾ ਬ੍ਰਦਰ ਲਾਓ ਛੱਤ 'ਤੇ ਚੜ੍ਹੇ ਉੱਥੋਂ ਉਹਨਾਂ ਨੇ ਜਵਾਬੀ ਫਾਇਰ ਕੱਢੇ ਉਹ ਘੱਟੋ ਘੱਟ 50-60 ਲੋਕ ਮੈਂ ਵੀ ਜ਼ਿਆਦਾ ਵੀ ਹਾਂ ਮੇਰੇ ਬਿਲਕੁਲ ਨਾਲ ਮੇਰਾ ਛੋਟਾ ਬੇਟਾ ਖੜਾ ਸੀ ਜਿਹਨੂੰ ਵੱਜਦੇ ਵੱਜਦੇ ਗੋਲੀ ਨਿਕਲੀ ਮੈਂ ਪਹਿਲਾਂ ਬੱਚੇ ਅੰਦਰ ਕਿਤੇ ਆ ਮੈਂ ਬੂਹੇ ਤੋਂ ਫਾਇਰ ਕਰਦੀ ਰਹੀ ਮੇਰਾ ਬੇਟਾ ਅਤੇ 3 ਜਣੇ ਉੱਪਰੋਂ ਫਾਇਰ ਕਰਦੇ ਰਹੇ ਅਸੀਂ ਜਵਾਬੀ ਫਾਇਰ ਕੀਤੇ ਟੋਟਲ ਮੇਰੀ ਜਗ੍ਹਾ ਇਸ ਟਾਈਮ 125 ਮਰਲੇ ਅੰਬਿਕਾ ਖੰਨਾ ਮੈਡਮ ਦਾ ਗੁਰਮੀਤ ਸਿੰਘ ਨਾਲ ਕੋਈ ਪਲੋਟ ਜਿਹੜਾ ਜਿੱਥੇ ਆਪਾਂ ਖੜੇ ਹਾਂ ਉਹਦਾ ਰੌਲਾ ਸੀਗਾ ਉਹਦੀ ਦਰਖਾਸਤ ਚੱਲ ਰਹੀ ਸੀਗੀ ਸਾਡੇ ਕੋਲ ਉਸੇ ਕਰਕੇ ਇਹਨਾਂ ਨੇ ਕਿਹਾ ਹੈ ਕਿ ਇਹਨਾਂ 'ਤੇ ਫਾਇਰ ਗੁਰਮੀਤ ਸਿੰਘ ਦੀ ਪਾਰਟੀ ਨੇ ਕਰਾਇਆ ਤਕਰੀਬਨ 3 ਵਜੇ ਦੇ ਲਾਗੇ ਤਾਗੇ ਦੀ ਗੱਲ ਹੈ ਅਸੀਂ ਇੱਥੇ ਬੈਠੇ ਸੀ ਇਹ ਮੇਰੀ ਜਗ੍ਹਾ ਬਹੁਤ ਪੁਰਾਣੀ ਹੈ ਮੇਰੇ ਫਾਦਰ ਦੇ ਟਾਈਮ ਦੀ ਇੱਥੇ ਵਲੀ ਦੀ ਹੈ ਮੈਂ ਇੱਥੇ ਗਾਰਡ ਰੂਮ ਬਣਾ ਰਹੀ ਸੀ ਕਿਉਂਕਿ ਮੈਨੂੰ ਖਤਰਾ ਸੀ ਕਿ ਕੋਈ ਨਾ ਕੋਈ ਦੇਖਦਾ ਕਿ ਇਹ ਲੜਕੀਆਂ ਰਹਿ ਗਈਆਂ ਇਹਨਾਂ ਦੇ ਫਾਦਰ ਹੈ ਨਹੀਂ ਕੋਈ ਮੇਲ ਸਪੋਰਟ ਹੈ ਨਹੀਂ ਹੈ ਅਤੇ ਕਿੱਥੇ ਕੁੱਤੇ ਰੱਖ ਦਈਏ ਅਤੇ ਕਿੱਥੇ ਗਾਰਡ ਬਣਾ ਦਈਏ ਤਾਂ ਕਿ ਸਾਡੀ ਪ੍ਰਾਪਰਟੀ ਨੂੰ ਕੋਈ ਡੈਮੇਜ ਨਾ ਕਰੇ ਇਹ ਵੀ ਇਹਦੇ ਨਾਲ ਵੀ ਉਸ ਤੋਂ ਅੱਗੇ ਵੀ ਹੈ ਸਾਰੀ ਪ੍ਰਾਪਰਟੀ ਮੇਰੇ ਫਾਦਰ ਦੇ ਟਾਈਮ ਦੀ ਮੇਰੇ ਕੋਲ ਆ ਅਸੀਂ ਇੱਥੇ ਬੈਠੇ ਸੀ ਅਤੇ 3 ਵਜੇ ਲੱਗੇ ਤਾਂ ਕਿ ਉਸ ਤੋਂ ਪਹਿਲਾਂ 2 ਵਜੇ ਤੱਕ ਇੱਥੇ ਆਏ SHO ਸਿਵਲ ਲਾਈਨ ਆਏ ਆ ਉਹ ਕਹਿੰਦੇ ਤੁਸੀਂ ਇੱਥੇ ਕੰਮ ਬੰਦ ਕਰਾ ਦਿਓ ਮੈਨੂੰ ਕਿਹਾ ਸਾਡੇ ਕੋਲ ਕੋਰਟ ਦਾ ਸਟੇ ਹੈ ਇਹੋ ਜਿਹਾ ਕੋਈ ਮੈਟਰ ਨਹੀਂ ਹੈਗਾ ਉਹਨਾਂ ਨੇ ਸਟੇ ਪੜ ਕੇ ਕਹਿੰਦੇ ਜੀ ਤੁਸੀਂ ਕੰਸਟਰਕਸ਼ਨ ਬੰਦ ਕਰਾ ਦਿਓ 4 ਵਜੇ ਮੇਰੇ ਕੋਲ ਪੇਸ਼ ਹੋ ਮੈਂ ਕਿਹਾ ਮੈਨੂੰ ਕੀ ਲੋੜ ਹੈ ਪੇਸ਼ ਹੋਣ ਦੀ ਜਦ ਮੇਰੇ ਕੋਲ ਕੋਰਟ ਦਾ ਸਟੇ ਕੋਰਟ ਮੈਨੂੰ ਕਾਲ ਕਰੇ ਕਿ ਮੈਂ ਜਾਊਂਗੀ ਕੰਮ ਡੱਕ ਦਿਓ ਮੈਂ ਕਿਹਾ ਚਲੋ ਅਸੀਂ ਅਮਨ ਪਸੰਦ ਹੈ ਕੰਮ ਡੱਕ ਦਿੰਦੇ ਕੋਈ ਗੱਲ ਨਹੀਂ ਕੰਮ ਡੱਕ ਕੇ ਅਸੀਂ ਕਿਹਾ ਚਲੋ ਲੰਚ ਕਰ ਲੈਂਦੇ ਇੱਥੇ ਬੈਠੇ ਸੀ ਯਕਦਮ ਤਾਂ ਇਸ ਤਰ੍ਹਾਂ ਦੇ ਬਹੁਤ ਭੱਜਣ ਦੀ ਜ਼ੋਰ ਦੀ ਆਵਾਜ਼ ਹੀ ਠਾ ਠਾ ਮੈਂ ਜਿੱਥੇ ਬੈਠੀ ਸੀ ਮੇਰੇ ਗੋਡੇ ਦੇ ਕੋਲ ਇੱਕ ਇੱਟ ਆਈ ਮੈਂ ਕਿਹਾ ਇੱਟ ਕਿੱਥੋਂ ਆ ਗਈ ਵੀ ਅਤੇ ਕਹਿੰਦੇ ਨਹੀਂ ਮਿਸਤਰੀਆਂ ਨੂੰ ਮੈਂ ਕਿਹਾ ਤੁਸੀਂ ਕੀ ਕਰਦੇ ਕਹਿੰਦੇ ਅਸੀਂ ਖਲਾਰਾ ਸਾਹਮਣੇ ਅਸੀਂ ਇੱਟ ਤਾਂ ਨਹੀਂ ਸੁੱਟੀ ਉਹ ਯਕਦਮ ਦੇਖਿਆ 5-6 ਇੱਟਾਂ ਹੀ ਅਸੀਂ ਇੱਕਦਮ ਸਖਤੇ 'ਚ ਖੜੇ ਹੋਏ ਅਤੇ ਦੇਖਿਆ ਬਹੁਤ ਸਾਰੇ ਕੰਧ ਧੱਕਾ ਮਾਰ ਕੇ ਕੰਧ ਢਾਣ ਅਤੇ ਗੋਲੀਆਂ ਚੱਲਣ ਦੀ ਆਵਾਜ਼ ਆ ਗਈ ਅਸੀਂ ਜਵਾਬੀ ਮੇਰੇ ਕੋਲ ਆਪਣਾ ਅਸਲਾ ਹੁੰਦਾ ਮੈਂ ਬੇਟੇ ਨੂੰ ਆਵਾਜ਼ ਲਗਾਈ ਉਹਨੇ ਮੇਰੇ ਹੱਥ 'ਚ ਮੇਰਾ ਅਸਲਾ ਫੜਿਆ ਮੈਂ ਭੱਜ ਕੇ ਅੰਦਰੋਂ ਫਿਰ ਉਹਦਾ ਅਸਲਾ ਲੈ ਕੇ ਅਸੀਂ ਜਵਾਬੀ ਫਾਇਰ ਕੱਢੇ ਮੇਰਾ ਬ੍ਰਦਰ ਅਤੇ ਮੇਰਾ ਬ੍ਰਦਰ ਲਾ ਛੱਤ 'ਤੇ ਚੜ੍ਹੇ ਉੱਥੋਂ ਉਹਨਾਂ ਨੇ ਜਵਾਬੀ ਫਾਇਰ ਕੱਢੇ ਉਹ ਘੱਟੋ ਘੱਟ 50-60 ਲੋਕ ਮੈਂ ਵੀ ਜ਼ਿਆਦਾ ਵੀ ਹਾਂ ਮੇਰੇ ਬਿਲਕੁਲ ਨਾਲ ਮੇਰਾ ਛੋਟਾ ਬੇਟਾ ਖੜਾ ਸੀ ਜਿਹਨੂੰ ਵੱਜਦੇ ਵੱਜਦੇ ਗੋਲੀ ਨਿਕਲੀ ਮੈਂ ਪਹਿਲਾਂ ਬੱਚੇ ਅੰਦਰ ਕਿਤੇ ਆ ਮੈਂ ਬੂਹੇ ਤੋਂ ਫਾਇਰ ਕਰਦੀ ਰਹੀ ਮੇਰਾ ਬੇਟਾ ਅਤੇ 3 ਜਣੇ ਉੱਪਰੋਂ ਫਾਇਰ ਕਰਦੇ ਰਹੇ ਅਸੀਂ ਜਵਾਬੀ ਫਾਇਰ ਕੀਤੇ ਮੇ ਵੀ ਉਹਨਾਂ ਨੂੰ ਲੱਗੀ ਹੋਈ ਨਹੀਂ ਲੱਗੀ ਹੋਈ ਬਟ ਅਸੀਂ ਆਪਣਾ ਬਚਾਅ ਕੀਤਾ ਇੱਕ ਗੁਰਮੀਤ ਸਿੰਘ ਅਤੇ ਮਦਨ ਸੁਨਿਆਰੇ ਜਿਨ੍ਹਾਂ ਦੀ ਸਾਰੀ ਸ਼ੈ ਜਿਹੜਾ ਇਹ ਡਿਸਪਿਊਟ ਨੂੰ ਕ੍ਰੀਏਟ ਕਰਨਾ ਚਾਹੁੰਦੇ ਵਧਾਉਣਾ ਚਾਹੁੰਦੇ ਸੋਚਦੇ ਕਿ ਆਸਾਨੀ ਦੇ ਜਾਣ ਤੋਂ ਬਾਅਦ ਉਹਦੀ ਜਿੰਨੀ ਵੀ ਪ੍ਰਾਪਰਟੀ ਅਸੀਂ ਆਪਣਾ ਕਬਜ਼ਾ ਕਰ ਲਈ ਕਿੰਨੀ ਕੁ ਇਹ ਜਗ੍ਹਾ ਹੈਗੀ ਜਿਹਦੇ ਵਾਸਤੇ 125 ਮਰਲੇ ਟੋਟਲ ਮੇਰੀ ਜਗ੍ਹਾ ਇਸ ਟਾਈਮ 125 ਮਰਲੇ ਉਹਨਾਂ ਦਾ ਪਤਾ ਨਹੀਂ ਕਿਹਦੇ ਨਾਲ ਝਗੜਾ ਤੇ ਕਿਹਦੇ ਨਾਲ ਨਹੀਂ ਕਿੰਨੀ ਕੀਮਤ ਹੋਏਗੀ ਟੋਟਲ ਇਸ ਜਗ੍ਹਾ ਦੀ ਪਤਾ ਨਹੀਂ ਜੀ ਜਦੋਂ ਜਿਹੜੀ ਆਪਣੀ ਜ਼ਮੀਨ ਦੀ ਤੇ ਕੋਈ ਆਪਣੀ ਬਣਾਉਂਦਾ ਵੀ ਨਹੀਂ ਨਾ ਹੁਣ ਮੇਰੇ ਮਕਾਨ ਦੀ ਮੇਰੇ ਘਰ ਦੀ ਕੀ ਕੀਮਤ ਹੈ ਮੈਂ ਕਿਉਂ ਦੱਸਾਂ ਮੈਂ ਕਿਹੜਾ ਵੇਚਣੀ ਹੈ ਤੇ ਮੇਰੇ ਫਾਦਰ ਤੋਂ ਵਿਰਾਸਤ ਚ ਆਈ ਆਈ ਡੋਨਟ ਨੋ ਉਹਨੂੰ ਲੱਗਦਾ ਵੀ ਇਹ ਲੜਕੀਆਂ ਉਹਦੇ ਕੋਲ ਨਾ ਜ਼ਮੀਨਾਂ ਦੀ ਰਜਿਸਟਰੀਸ ਕਾਲੋਨੀ ਦੀਆਂ ਬਹੁਤ ਟਾਈਮ ਤੋਂ ਹੋਣੀਆਂ ਕਾਲੋਨਾਈਜ਼ਰ ਸੀ ਨਾ ਉਹਨੂੰ ਲੱਗਦਾ ਕਿ ਹੁਣ ਮੈਂ ਜਿੱਥੇ ਵੀ ਐ ਮੈਂ ਹੁਣ ਵੱਲ ਸਕਦਾ ਕਬਜ਼ਾ ਕਰ ਸਕਦਾ ਕੁਝ ਬੰਦੇ ਤੁਹਾਡੀ ਪਛਾਣ ਚ ਵੀ ਆਏ ਨੇ ਹਾਂਜੀ ਹਾਂਜੀ ਜਿਹੜੇ ਆਏ ਉਹਨਾਂ ਨਾਲ ਲਿਖਿਆ ਤੇ ਬੇਸਿਕਲੀ ਗੁਰਮੀਤ ਸੀ ਤੇ ਮੈਂ ਕਿਹਾ ਮਦਨ ਸੁਨਿਆਰਾ ਪਿੱਛੇ ਹੋਊਗਾ ਉਹਦਾ ਬੇਟਾ ਸੀ ਅੱਗੋ ਇੱਕ ਵਿੱਕੀ ਰੰਧਾਵਾ ਉਹ ਇੱਕ ਮੋਟਾ ਅਮਨਦੀਪ ਬਾਜਵਾ ਜਿਹੜਾ ਬੇਟੇ ਨੂੰ ਵਿਚਾਰ ਤਾਂ ਕਿ ਉਹ ਮੇਰੀ ਜਗ੍ਹਾ ਜਾ ਕੇ ਖਲਲ ਨਾ ਪਾਵੇ ਸਾਰੀ ਜਗ੍ਹਾ 'ਚ ਸਿਰਫ ਇਸ ਨਹੀਂ ਹੈਗਾ ਉੱਥੇ ਵੀ ਮੇਰੀ ਪਲੋਟ ਹੈ ਅਤੇ ਮੈਂ ਆਪਣਾ ਰੈਜੀਡੈਂਟ ਸ਼ਿਫਟ ਕਰ ਰਹੀ ਹਾਂ ਇਹ ਵਿੱਚ ਸਾਡਾ ਸਕੂਲ ਆ ਇਹ ਸਾਰੀ ਜਗ੍ਹਾ ਦਾ ਮੇਰੇ ਕੋਲ ਸਟੇ ਹੈਗਾ ਤਾਂ ਕਿਉਂਕਿ ਹਰ ਬੰਦੇ ਨੂੰ ਤੰਗ ਕਰਦਾ ਸੀ ਮੇਰੀ ਪ੍ਰਾਪਰਟੀ ਇਹ ਉਹ ਕਹਿੰਦਾ ਆਹ ਵੀ ਮੇਰੇ ਨਾਂ ਸਕੂਲ ਵੀ ਮੇਰੇ ਨਾਂ ਅਗਲੀ ਪ੍ਰਾਪਰਟੀ ਮੇਰੇ ਨਾਂ ਜਿੱਥੇ ਮੈਂ ਘਰ ਰਹਿੰਦੀ ਹਾਂ ਉਹ ਵੀ ਮੇਰੇ ਨਾਂ ਉਹਨੂੰ ਲੱਗਦਾ ਹੈ ਕਿ ਉਹ ਮੈਨੂੰ ਦਬਕਾ ਕੇ ਜਾਂ ਧਮਕਾ ਕੇ ਜਾਂ ਕਿਸੇ ਪੋਲੀਟੀਕਲ ਸ਼ੈ ਤੇ ਮੈਨੂੰ ਮਤਲਬ ਤੰਗ ਕਰ ਸਕਦਾ ਪਰ ਮੈਂ ਕਿਉਂ ਤੰਗ ਹੋਊਂਗੀ ਜਦੋਂ ਮੇਰੇ ਕੋਲ ਜੈਨੂਇਨ ਪ੍ਰਾਪਰਟੀ ਪੁਲਿਸ ਨੇ ਹੁਣ ਤਾਂ ਬੜਾ ਕੁਛ ਕਰ ਰਹੇ ਹੁਣ ਤਾਂ ਬਿਆਨ ਲੈ ਰਹੇ ਆ ਕਹਿੰਦੇ ਅਸੀਂ ਕਰਾਂਗਾ ਪਰਚਾ ਕਰਾਂਗੇ ਉਹ ਤੋਂ ਬਾਅਦ ਹੁਣ ਕੀ ਕਰਦੇ ਆ ਤਾਂ ਦੈਟ ਇਜ਼ ਅਪ ਟੂ ਦੈਮ ਅੰਬਿਕਾ ਖੰਨਾ ਮੈਡਮ ਦਾ ਗੁਰਮੀਤ ਸਿੰਘ ਨਾਲ ਕੋਈ ਪਲੋਟ ਜਿਹੜਾ ਜਿੱਥੇ ਆਪਾਂ ਖੜੇ ਹਾਂ ਉਹਦਾ ਰੌਲਾ ਸੀਗਾ ਉਹਦੀ ਦਰਖਾਸਤ ਚੱਲ ਰਹੀ ਸੀਗੀ ਸਾਡੇ ਕੋਲ ਉਸੇ ਕਰਕੇ ਇਹਨਾਂ ਨੇ ਕਿਹਾ ਹੈ ਕਿ ਇਹਨਾਂ 'ਤੇ ਫਾਇਰ ਗੁਰਮੀਤ ਸਿੰਘ ਦੀ ਪਾਰਟੀ ਨੇ ਕਰਾਇਆ
ਕਿੰਨੇ ਰਾਊਂਡ ਫਾਇਰ ਹੋਏ ਸੀ ਕੌਣ 20 25 ਰਾਊਂਡ ਇਹਨਾਂ ਦੇ ਮੁਤਾਬਿਕ ਹੈਗਾ ਕਿ 20 25 ਰਾਊਂਡ ਫਾਇਰ ਕੀਤੇ ਇਹਨਾਂ ਨੇ 20 25 30 ਰਾਊਂਡ ਇਹਨਾਂ ਵੱਲੋਂ ਵੀ ਫਾਇਰ ਕੀਤੇ ਗਏ ਇਹਨਾਂ ਨੇ ਵੀ ਕੀਤੇ ਜੀ ਕਿੰਨੇ ਬੰਦੇ ਸੀ ਟੋਟਲ ਉਹਨਾਂ ਵੱਲੋਂ ਇਹਨਾਂ ਦੇ ਕਹਿਣ ਦਾ ਹੀ ਹੈ ਜੀ ਆਪਾਂ ਵੈਰੀਫਾਈ ਕਰ ਰਹੇ ਹਾਂ ਵੈਸੇ ਉਹ ਜਿਹੜੀ ਸੀਸੀਟੀਵੀ ਫੁਟੇਜ ਦੇਖੀ ਉਹਦੇ ਤੇ ਉਹ ਕਿਉਂਕਿ ਕੈਮਰਾ ਜਿਹੜਾ ਹੈ ਉਹ ਦੂਰ ਲੱਗਿਆ ਸੀਗਾ ਇਸ ਕਰਕੇ ਐਗਜ਼ੈਕਟ ਨੰਬਰ ਆਫ ਪੀਪਲ ਆਪਾਂ ਐਸਰਟੇਨ ਨਹੀਂ ਕਰ ਸਕਦੇ ਬਾਕੀ ਇਹਨਾਂ ਦੇ ਕਹਿਣ ਦੇ ਮੁਤਾਬਿਕ ਹੈਗਾ ਜੀ 40-45 ਬੰਦੇ ਸੀਗੇ ਉਹ ਜ਼ਖਮੀ ਵੀ ਜ਼ਖਮੀ ਹੁਣ ਤੱਕ ਦੀ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕਿ ਜ਼ਖਮੀ ਹੋਇਆ ਕੀ ਕਾਰਵਾਈ ਕੀਤੀ ਜਾ ਆਪਾਂ ਪਰਚਾ ਦਰਜ ਕਰ ਰਹੇ ਹਾਂ ਔਰ ਰੇਡ ਕਰ ਰਹੇ ਹਾਂ ਜੀ ਆਪਾਂ ਫੜਾਂਗੇ ਬੰਦਿਆਂ ਨੂੰ ਥੈਂਕ ਯੂ देर है पर हनेर नहीं कि तुसी परेशान हो आज ही संपर्क करो गुरु बशीर खान कॉल करो 98154-60-154 पता लुधियाना हर परेशानी दा हाल पाओ 100% गारंटी दे नाल परेशानी जिवे व्याह विच रुकावट खोया प्यार वापस पाउणा पति पत्नी विच झगड़ा सौतन दुश्मन तो छुटकारा विदेश यात्रा इमीग्रेशन मसले औलाद सुख बुरे सुपने बीमारी विच दवा दा ना लगना लाटरी नंबर पाओ भावे 649 होवे या मेगा मिलियन हर जगह तो निराश ते धोखा खा चुके दुखी भैन भरा एक बार जरूर संपर्क करो मैं तुहानू खून हंजू नहीं रोन दियांगा इट्स माई प्रॉमिस गुरु बशीर खान 98154-60-154